ਅੱਛਾ ਜੀ, ਕਿਹੜੀ ਜਗ੍ਹਾ ਤੋਂ ਬਿਲੋਂਗ ਕਰਦੇ ਹੋ? ਮੈਂ ਇੱਥੋਂ ਤੋਂ ਹਾਂ ਜੀ। ਏਥਨਸ ਤੋਂ ਆਏ? ਅੱਛਾ, ਏਥਨਸ ਤੋਂ ਤੁਸੀਂ ਆਏ ਹੋ, ਔਰ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹਦੇ ਬਾਰੇ ਵਿੱਚ ਕੀ ਖਿਆਲਾਤ ਨੇ ਤੁਹਾਡੇ? ਜੋ ਅੱਜ ਦਾ ਪ੍ਰੋਗਰਾਮ ਹੈ ਜੀ, ਇਹ ਸ਼੍ਰੀ ਰਵਿਦਾਸ ਮਹਾਰਾਜ ਜੀ ਦੀ ਜੋ ਜਾਤੀ ਰਵਿਦਾਸੀਆ ਕੌਮ ਦੇ ਵਾਸਤੇ ਬਹੁਤ ਹੀ ਭਾਗਾਂ ਭਰਿਆ ਦਿਨ ਹੈ, ਕਿਉਂਕਿ ਅੱਜ ਦੇ ਦਿਨ ਦੇ ਜੋ ਵਾਸਤੇ ਸੰਗਤਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ, ਔਰ ਇੰਡੀਆ ਦੇ ਵਿੱਚ ਜੋ ਸਾਡੇ ਸੰਤ ਮਹਾਂਪੁਰਸ਼ ਆ ਉਹਨਾਂ ਨੇ 30 ਜਨਵਰੀ ਜੋ ਲੰਘ ਕੇ ਗਿਆ ਪਿਛਲੇ ਆਪਣੇ 30 ਜਨਵਰੀ 2010 ਨੂੰ, ਉਦੋਂ ਨੂੰ ਜੋ ਸਾਡੇ ਜੋ ਪ੍ਰਕਾਸ਼ ਬਾਣੀ ਅੰਮ੍ਰਿਤ ਬਾਣੀ ਸ਼੍ਰੀ ਰਵਿਦਾਸ ਜੀ ਮਹਾਰਾਜ ਜੀ ਦੀ ਜੋ ਅੱਜ ਅਸੀਂ ਸਰੂਪ ਲੈ ਕੇ ਆਏ ਹਾਂ, ਉਹ ਸਰੂਪ ਉਦੋਂ ਨੂੰ ਉੱਥੇ ਰਿਲੀਜ ਸ਼੍ਰੀ ਗੁਰਦਾਸ ਜਨਮ ਸਥਾਨ ਪਬਲਿਕ ਚੈਰੀਟੇਬਲ ਟਰੱਸਟ ਵਾਰਾਣਸੀ ਵਿਖੇ 108 ਸੰਤ ਨਰਿੰਦਰ ਮਹਾਰਾਜ ਜੀ ਦੀ ਸਰਬਤੀ ਹੇਠ ਉਹਨੂੰ ਰਿਲੀਜ ਕੀਤਾ ਗਿਆ ਜੀ। ਅੱਜ ਗਰੀਸ ਦੀਆਂ ਸੰਗਤਾਂ ਬਹੁਤ ਹੀ ਵਡਭਾਗੀਆਂ ਹਨ, ਬਹੁਤ ਹੀ ਖੁਸ਼ੀਆਂ ਭਰਿਆ ਮਾਹੌਲ ਮਹਿਸੂਸ ਕਰ ਰਹੀਆਂ ਹਨ। ਆਜ਼ਾਦ ਕੌਮ ਜੋ ਸਾਡੀ ਜਿਹੜੀ ਉਹ 30 ਤਰੀਕ ਤੋਂ ਅਸੀਂ ਆਜ਼ਾਦ ਕੌਮ ਦੇ ਤੌਰ 'ਤੇ ਅਸੀਂ ਆਪਣੀ ਖੁਸ਼ੀਆਂ ਦੇ ਵਿੱਚ ਸਾਰੇ ਭਰਾ ਸ਼ਾਮਿਲ ਹੋ ਰਹੇ ਹਾਂ, ਔਰ ਸਾਰੇ ਭਰਾਵਾਂ ਨੇ ਸਾਰੀਆਂ ਸੰਗਤਾਂ ਨੇ ਬਹੁਤ ਹੀ ਖੁਸ਼ੀ ਦਿਖਾਈ। ਅੱਜ ਤੁਸੀਂ ਦੇਖ ਲਓ ਵੀ ਅੱਜ ਇੰਨੀ ਬਾਰਿਸ਼ ਹੋਣ ਦੇ ਬਾਵਜੂਦ ਵੀ ਜੋ ਅੱਜ ਦਾ ਜੋ ਦਿਨ ਹੈ ਉਹਦੇ ਵਿੱਚ ਸੰਗਤਾਂ ਨੇ ਕਿੰਨਾ ਵੱਡਾ ਉਤਸ਼ਾਹ ਦਿਖਾਇਆ ਹੈ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਨੇ ਪਹੁੰਚ ਕੇ ਆਪਣੇ ਗੁਰੂ ਪ੍ਰਤੀ ਸ਼ਰਧਾ ਔਰ ਪੂਰੀ ਅਥਾਹ ਪ੍ਰੇਮ ਦਿਖਾਇਆ ਹੈ ਜੀ। ਸਾਨੂੰ ਬਹੁਤ ਬਹੁਤ ਗਰੀਸ ਤੋਂ ਕੋਨੇ ਕੋਨੇ ਤੋਂ ਸੰਗਤਾਂ ਆਈਆਂ, ਅਸੀਂ ਸਾਰੀਆਂ ਸੰਗਤਾਂ ਦਾ ਔਰ ਵਿਨੂਸ ਟੀਵੀ ਦਾ, ਸ਼੍ਰੀ ਗੁਰਦਾਸ ਸਭਾ ਜੀ ਗਰੀਸ, ਮਹਾਰਿਸ਼ੀ ਬਾਲਮੀ ਸਭਾ ਗਰੀਸ, ਇੰਡੀਅਨ ਸੋਸ਼ਲ ਵੈਲਫੇਅਰ ਡਾਕਟਰ ਭੀਮ ਰਾਓ ਅੰਬੇਡਕਰ ਮਿਸ਼ਨ ਸੁਸਾਇਟੀ ਗਰੀਸ ਅਤੇ ਹੋਰ ਸਭਾਵਾਂ ਜੋ ਸਾਡੇ ਸੀਮਾਧਾਰੀ ਗੁਰੂ ਘਰ ਹੈ ਮਾਰਾਥੋਨਾ ਵਿਖੇ, ਸ਼੍ਰੀ ਗੁਰਦਾਸ ਗੁਰਦੁਆਰਾ ਬਿਸ਼ਗਨੀ ਤੋਂ ਸੰਗਤਾਂ ਬਹੁਤ ਸਾਰੇ ਏਰੀਏ ਤੋਂ ਮਲਕ ਸੰਗਤਾਂ ਆਈਆਂ। ਅਸੀਂ ਇਹਨਾਂ ਸਭਾਵਾਂ ਵੱਲੋਂ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਔਰ ਵਿਨਸ ਟੀਵੀ ਦਾ ਵੀ ਬਹੁਤ ਬਹੁਤ ਧੰਨਵਾਦ ਜਾਣਾ ਅੱਜ ਦੇ ਮੌਕੇ ਨੂੰ ਆਪਣੇ ਟੀਵੀ ਦੇ ਵਿੱਚ ਰਿਕਾਰਡ ਕੀਤਾ ਜੀ। ਇਸ ਵਕਤ ਸਾਡੇ ਇੱਕ ਹੋਰ ਵੀਰ ਸਾਡੇ ਨਾਲ ਮੌਜੂਦ ਨੇ, ਇਹਨਾਂ ਕੋਲ ਪੁੱਛਣਾ ਇਹਨਾਂ ਦਾ ਨਾਂ ਕੀ ਹੈ? ਮੇਰਾ ਨਾਮ ਬਿੱਟੂ ਜੰਡਿਆਲਾ ਜੀ। ਅੱਛਾ ਜੀ, ਕਿੱਥੋਂ ਆਏ ਹੋ ਤੁਸੀਂ? ਤੇ ਮੈਂ ਤੇ ਗਰੁੱਪੀ ਤੋਂ ਜੀ। ਅੱਛਾ, ਨਾਲ ਨਾਲ ਟੁਰੀਏ ਉਹ ਤਾਂ ਕਿ ਟੁਰਦੇ ਟੁਰਦੇ ਅਸੀਂ ਗੱਲ ਕਰੀਏ। ਅੱਛਾ, ਅੱਜ ਦੇ ਦਿਨ ਦੇ ਬਾਰੇ 'ਚ ਕੀ ਕਹਿੰਦੇ ਹੋ? ਕਿਉਂਕਿ ਜਿਤਨੀ ਡਿਟੇਲ ਸੀ ਉਹ ਤੁਹਾਡੇ ਪ੍ਰਧਾਨ ਸਾਹਿਬ ਨੇ ਔਰ ਦੂਜੇ ਦੋਸਤਾਂ ਦੱਸੀ, ਇਹਦੇ ਵਿੱਚ ਜਿੰਨੀਆਂ ਸੰਗਤਾਂ ਆਈਆਂ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਤੁਸੀਂ ਵੈਲਕਮ ਕਰ ਰਹੇ ਹੋ? ਅੱਜ ਦੀਆਂ ਜੋ ਸੰਗਤਾਂ ਆਈਆਂ ਅਸੀਂ ਇਹਨਾਂ ਦੇ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਇੰਨੀ ਵਾਰਸ਼ ਹੋਣ ਦੇ ਬਾਵਜੂਦ ਵੀ ਇੱਥੇ ਗੁਰੂ ਘਰ ਬਾਕੀ ਆ ਕੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਜੋ ਕਿ ਪੂਰੇ ਦੁਨੀਆ ਦੇ ਵਿੱਚ ਜਿੱਥੇ ਵੀ ਸ਼੍ਰੀ ਗੁਰਦਾਸ ਮਹਾਰਾਜ ਜੀ ਦੇ ਦਰਬਾਰ ਹਨ ਉੱਥੇ ਸੁਸ਼ੋਭਿਤ ਕੀਤੀ ਗਈ ਹੈ। ਇਸ ਲਈ ਅਸੀਂ ਅੱਜ ਵੀ ਸਾਰੀ ਸ਼੍ਰੀ ਗੁਰੂ ਰਵਿਦਾਸ ਦਰਬਾਰ ਕਰੋਪੀ ਐਂਥਨਸ ਵਿਖੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਸੁਸ਼ੋਭਿਤ ਕਰਦੇ ਹਾਂ। ਅਸੀਂ ਸੰਗਤਾਂ ਦੀ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਅੱਜ ਸੰਗਤ ਵਿੱਚ ਸ਼ਾਮਿਲ ਹੋਏ ਹਨ। ਧੰਨਵਾਦ। ਸਾਡੇ ਨਾਲ ਮੌਜੂਦ ਨੇ ਇੱਥੇ ਦੇ ਪ੍ਰੈਜ਼ੀਡੈਂਟ ਸ਼੍ਰੀ ਗੁਰੂ ਰਵਿਦਾਸ ਸਭਾ ਗਰੀਸ ਦੇ ਜਿਹੜਾ ਉਹ ਪ੍ਰਧਾਨ ਸੋਢੀ ਸਾਹਿਬ, ਉਹਨਾਂ ਕੋਲ ਪੁੱਛਣਾ ਹੈ ਕਿ ਆਇਆ ਕਿ ਇੱਥੇ ਦਾ ਦੀਮੂ ਹੈ ਜਿਹੜਾ ਉਹ ਉਹਨਾਂ ਲਈ ਔਰ ਆਪਣੇ ਲੋਕਾਂ ਲਈ ਕਿਤਨੀਆਂ ਇੱਕ ਫੈਸਿਲਿਟੀਜ਼ ਦੇ ਰਿਹਾ? ਜਾ ਇਦਿਕਾ ਜਾ ਮਾ ਦੀ ਮਾਰਕੋਸ ਦੈਨਿਕ ਮੈਂ ਮੈਗਾਲਿਸ ਦੇ ਬੋਰ ਦੇ ਬੋਇਤਾ ਮਸ ਪਿਰਚੋਦਰ ਮਸ ਬੋਇਤਾ ਇਹ ਦੋ ਕਿਰੇ ਜੋਰ ਗੋਸ ਬਤ ਪਾਸੋਕ ਤੋ ਮੈਂ ਆਇਖੋ ਮੈਂ ਪਿਰਚੋਦਰ ਬੋਇਤਿਆ ਪਾਲਾ ਜਾ ਬਤ ਦੀ ਮਾਰਕੋਸ ਤੋਰਾ ਮਿਲੀ ਸਮੇ ਦੋ ਕਿਰੇ ਕੋਸ ਸੇ ਦੋ ਇਹ ਪੇ ਨਮਸ ਬੋਇਤੀ ਸੀ ਪਿਰਚੋਦਰ ਉਪਸ ਕਰੇ ਆਜੋ ਮਸ ਸੇ ਦੋ ਜਾ ਖੋਰੋਸ ਨਾ ਦਾ ਫਿਆਕਸੋ ਮੈਂ ਪੋਤੀ ਕੀ ਜਸ ਬੁਮੇ ਬੋਰੋ ਨਾ ਮਜ਼ੇ ਬੋ ਮੈਰਕੋ ਤੇ ਤਾ ਪੇਦੀਆ ਮਸ ਨਾ ਮਸ ਨੋ ਨੇ ਇੰਦਿਕੀ ਗਲੋਸਾ ਜਿਹੜੇ ਮੇਰਾ ਹਾਲੇ ਪੰਜਾਬੀ ਦੇ ਵਿੱਚ ਅਸੀਂ ਗੱਲ ਕਰੀਏ ਕਿ ਜਿਹੜੇ ਇੱਥੇ ਦੀ ਮਾਰਹੋਸ ਔਰ ਜਿਹੜੇ ਪੋਲੀਟੀਸ਼ੀਅਨ ਜਿਸ ਤਰ੍ਹਾਂ ਸਾਡੇ ਪਾਕਿਸਤਾਨ ਜਾਂ ਇੰਡੀਆ ਦੇ ਵਿੱਚ ਹਾਲੀ ਵਾਅਦੇ ਵਾਅਦੇ ਔਰ ਝੂਠੇ ਵਾਅਦੇ ਕੀਤੇ ਜਾਂਦੇ ਨੇ, ਉਸੇ ਤਰ੍ਹਾਂ ਦਾ ਇੱਕ ਝੂਠਾ ਵਾਅਦਾ ਇੱਥੇ ਦੇ ਮਾਰਹੋਸ ਨੇ ਕੀਤਾ, ਉਹਦੀ ਮਾਰਹੋਸ ਦੀ ਵੀ ਅਸੀਂ ਇੱਕ ਦਫ਼ਾ ਇੰਟਰਵਿਊ ਤੁਹਾਡੇ ਸਾਹਮਣੇ ਲਵਾਂਗੇ ਔਰ ਮਾਰਹੋਸ ਕੋਲ ਪੁੱਛਾਂਗੇ ਆਹ ਹਰੇ ਗੱਲਾਂ ਦੀ ਹੱਦ ਤੱਕ ਕਿਉਂ ਰਹਿ ਗਿਆ। ਸਾਨੂੰ ਕੰਡਿਆਂ ਤੋਂ ਨਹੀਂ ਖਤਰਾ।
ਬਿਜ਼ਨਸ ਟੀਵੀ ਦੇ ਮਾਧਿਅਮ ਤੋਂ ਵਰਲਡ ਵਿੱਚ ਬੈਠੇ ਸਾਰੀਆਂ ਸੰਗਤਾਂ ਨੂੰ ਸਲਾਮੈਕਮ, ਜੈ ਗੁਰਦੇਵ, ਜੈ ਭੀਮ। ਮੈਂ ਰੂਪਲਾਲ, ਪ੍ਰਧਾਨ ਇੰਡੀਅਨ ਸੋਸ਼ਲ ਵੈਲਫੇਅਰ, ਡਾਕਟਰ ਬੀ ਆਰ ਅੰਬੇਡਕਰ ਮਿਸ਼ਨ ਸੋਸਾਇਟੀ ਗਰੀਸ, ਤੁਹਾਡੇ ਵਿਚਕਾਰ ਕੁਝ ਵਿਚਾਰ ਔਰ ਕੁਝ ਖੁਸ਼ੀਆਂ ਲੈ ਕੇ ਹਾਜ਼ਰ ਹੋਇਆਂ। ਸੋ ਸਭ ਤੋਂ ਪਹਿਲਾਂ ਮੈਂ ਆਪ ਜੀ ਨੂੰ ਇਹ ਦੱਸਣਾ ਚਾਹਾਂਗਾ ਕਿ ਗਰੀਸ ਅੰਦਰ 7 ਮਾਰਚ ਦਿਨ ਐਤਵਾਰ ਨੂੰ ਸ਼੍ਰੀ ਗੁਰੂ ਰਵਿਦਾਸ ਅੰਮ੍ਰਿਤ ਬਾਣੀ ਦਾ ਜਿਹੜਾ ਪ੍ਰਕਾਸ਼ ਹੈ ਉਹ ਗੁਰੂ ਰਵਿਦਾਸ ਦਰਬਾਰ ਕਰੋਪੀ ਦੇ ਵਿੱਚ ਕੀਤਾ ਗਿਆ ਹੈ। ਸੀ ਯਾਦ ਰੱਖਣ ਵਾਲੀ ਗੱਲ ਹੈ ਕਿ ਪਿਛਲੇ ਸਾਲ ਮਈ ਦੇ ਵਿੱਚ ਬਿਆਨਾ ਕਾਂਡ ਦੇ ਵਿੱਚ ਸੰਤ 108 ਸੰਤ ਰਾਮਾਨੰਦ ਜੀ ਜਿਹੜੇ ਸ਼ਹੀਦ ਹੋ ਗਏ ਸੀ, ਉਹਨਾਂ ਦੀ ਦੁਖਦਾਈ ਘਟਨਾ ਤੋਂ ਬਾਅਦ ਰਵਿਦਾਸੀਆ ਭਾਈਚਾਰੇ ਨੇ ਇੱਕ ਬਹੁਤ ਹੀ ਸਖਤੀ ਨਾਲ, ਬਹੁਤ ਤੇਜ਼ੀ ਨਾਲ ਇਹ ਫੈਸਲਾ ਲਿਆ ਕਿ ਸਾਨੂੰ ਜਿਹੜਾ ਧਾਰਮਿਕ ਤੌਰ 'ਤੇ ਜਿਹੜੀ ਆਜ਼ਾਦੀ ਲੈਣੀ ਜ਼ਰੂਰੀ ਬਣਦੀ ਹੈ। ਸੋ ਉਸੇ ਹੀ ਲੜੀ ਦੇ ਵਿੱਚ ਡੇਰਾ ਸੱਚਖੰਡ ਬੱਲਾਂ ਦੇ ਮਹਾਂਪੁਰਸ਼ਾਂ ਦੇ ਵੱਲੋਂ ਜੋ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੀ ਜਨਮ ਭੂਮੀ ਕਾਂਸ਼ੀ ਬਨਾਰਸ ਵਿਖੇ 30 ਜਨਵਰੀ ਨੂੰ ਇੱਕ ਬਹੁਤ ਹੀ ਮਹੱਤਵਪੂਰਨ ਇਤਿਹਾਸਕ ਐਲਾਨ ਕੀਤਾ ਸੀ। ਉਸ ਮੌਕੇ 'ਤੇ ਇੱਕ ਰਵਿਦਾਸ ਜੀ ਦੀ ਅੰਮ੍ਰਿਤ ਬਾਣੀ ਦਾ ਜਿਹੜਾ ਇੱਕ ਗ੍ਰੰਥ ਹੈ ਉਹ ਤਿਆਰ ਕੀਤਾ ਸੀ ਔਰ ਸੰਗਤਾਂ ਦੇ ਤਕਰੀਬਨ 10-12 ਲੱਖ ਦੇ ਸੰਗਤਾਂ ਦੇ ਇਕੱਠ ਦੇ ਵਿੱਚ ਉਸ ਗ੍ਰੰਥ ਨੂੰ ਮਹਾਂਪੁਰਸ਼ਾਂ ਨੇ ਸੰਗਤਾਂ ਦੇ ਸਪੁਰਦ ਕੀਤਾ ਸੀ। ਸੋ ਇਸੇ ਲੜੀ ਦੇ ਚੱਲਦੇ ਵਰਲਡ ਦੇ ਜਿੱਥੇ ਬਾਕੀ ਸਾਰੇ ਕੋਨੇ ਕੋਨੇ ਦੇ ਵਿੱਚ ਜਿਹੜਾ ਅੰਮ੍ਰਿਤ ਬਾਣੀ ਦਾ ਪ੍ਰਕਾਸ਼ ਵੱਖ ਵੱਖ ਗੁਰੂ ਰਵਿਦਾਸ ਜੀ ਦੇ ਦਰਬਾਰ ਵਿੱਚ ਕੀਤਾ ਗਿਆ ਹੈ। ਸੋ ਅੱਜ 7 ਮਾਰਚ ਨੂੰ ਗਰੀਸ ਕਰੋਪੀ ਦੇ ਰਵਿਦਾਸ ਦਰਬਾਰ ਵਿੱਚ ਵੀ ਇਸ ਗ੍ਰੰਥ ਦਾ ਜਿਹੜਾ ਪ੍ਰਕਾਸ਼ ਕੀਤਾ ਗਿਆ ਹੈ। ਸੋ ਸੰਗਤਾਂ ਬਹੁਤ ਹੀ ਵੱਡੇ ਸੰਗਤਾਂ ਦਾ ਜਿਹੜਾ ਇਕੱਠ ਹੈ ਬਹੁਤ ਹੀ ਵੱਡੇ ਪੱਧਰ 'ਤੇ ਦੇਖਣ ਯੋਗ ਸੀ ਔਰ ਸੰਗਤਾਂ ਪੂਰੇ ਉਤਸ਼ਾਹ ਨਾਲ ਸੰਗਤਾਂ ਦਾ ਜਿਹੜਾ ਇਕੱਠ ਹੈ ਉਹ ਦੇਖਣ ਯੋਗ ਸੀਗਾ। ਔਰ ਮੈਂ ਆਪ ਨੂੰ ਦੱਸਣਾ ਚਾਹਾਂਗਾ ਕਿ ਇਸ ਸਮਾਗਮ ਦੇ ਵਿੱਚ ਬਹੁਤ ਸਾਰੀਆਂ ਸਭਾਵਾਂ ਜਿਹੜੀਆਂ ਗਰੀਸ ਪੱਧਰ 'ਤੇ ਗੁਰੂ ਰਵਿਦਾਸ ਜੀ ਦੇ ਨਾਂ 'ਤੇ, ਬਾਬਾ ਸਾਹਿਬ ਅੰਬੇਡਕਰ ਜੀ ਦੇ ਨਾਂ 'ਤੇ ਇਕੱਠੇ ਹੋ ਕੇ ਕੰਮ ਕਰਦੇ ਆ, ਮਹਾਰਾਜ ਜੀ ਬਾਲਮੀਕ ਸਭਾ ਬਾਲਮੀਕ ਜੀ ਦੇ ਨਾਂ 'ਤੇ ਇਕੱਠੇ ਹੋ ਕੰਮ ਕਰਦੇ ਆ, ਉਹ ਸਾਰੀਆਂ ਸਭਾਵਾਂ ਇਸ ਮੌਕੇ 'ਤੇ ਮੌਜੂਦ ਸਨ। ਬਹੁਤ ਸਾਰੇ ਜਿਹੜੇ ਸਾਡੇ ਵੀਰ ਹੈ, ਸਾਡੇ ਕੌਮੀ ਭਾਈ ਹਨ, ਉਹ ਇਸ ਮਹਾਨ ਕਾਰਜ ਵਿੱਚ, ਉਹ ਇਸ ਮਹਾਨ ਸਮਾਗਮ ਦੇ ਵਿੱਚ ਜਾਂ ਇਸ ਮਹਾਨ ਕਾਰਜ ਜਿਹੜਾ ਸਭ ਤੋਂ ਵੱਧ ਆਪਣਾ ਯੋਗਦਾਨ ਪਾਉਣਗੇ। ਸੋ ਇਸ ਕਰਕੇ ਅਸੀਂ ਬਾਕੀ ਸਾਰੇ ਵਰਲਡ ਵਿੱਚ ਗੁਰੂ ਰਵਿਦਾਸ ਜੀ ਦੇ ਨਾਂ 'ਤੇ ਬੈਠੀਆਂ ਸੰਗਤਾਂ ਨੂੰ, ਬਾਬਾ ਸਾਹਿਬ ਅੰਬੇਡਕਰ ਸੁਸਾਇਟੀਆਂ ਨੂੰ, ਬਾਬਾ ਸਾਹਿਬ ਅੰਬੇਡਕਰ ਜੀ ਨੂੰ ਸਮਝਣ ਵਾਲੇ ਵੀਰਾਂ ਨੂੰ, ਭੈਣਾਂ ਨੂੰ, ਸਮਾਜ ਨੂੰ ਬੇਨਤੀ ਕਰਾਂਗੇ ਕਿ ਆਓ ਆਪਾਂ ਇੱਕ ਧਾਰਮਿਕ ਆਜ਼ਾਦੀ ਵੀ ਪ੍ਰਾਪਤ ਕਰੀਏ। ਸੋ ਅਸੀਂ ਆਉਣ ਵਾਲੇ ਸਮੇਂ ਵਿੱਚ ਕੋਈ ਇਹੋ ਜਿਹੇ ਘਟਨਾਵਾਂ ਦੁਬਾਰਾ ਦੁਹਰਾਉਣੀਆਂ ਨਹੀਂ ਚਾਹਵਾਂਗੇ। ਜੈ ਭੀਮ, ਜੈ ਗੁਰਦੇਵ, ਧੰਨਵਾਦ।